ਕੈਂਸਰ ਵਰਗੀ ਭਿਆਨਕ ਬਿਮਾਰੀ ਕਈ ਮਨੁੱਖੀ ਜ਼ਿੰਦਗੀਆਂ ਨੂੰ ਆਪਣੇ ਕਲਾਵੇ ਵਿੱਚ ਲੈ ਰਹੀ ਹੈ। ਪੰਜਾਬ ਵਿੱਚ ਵੀ ਇਸ ਬਿਮਾਰੀ ਨੇ ਹੁਣ ਤੱਕ ਕਈ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਪਿੰਡ ਵਿੱਚ ਲਗਾਤਾਰ ਕੈਂਸਰ ਜਾਗਰੂਕ ਕੈਂਪ ਲਗਾ ਕੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਹੀ ਕਪੂਰਥਲਾ ਦੇ ਪਿੰਡ ਕਨੀਕੇ ਵਿੱਚ ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲਿਆਂ ਅਤੇ NRI ਵੀਰਾਂ ਦੇ ਸਹਿਯੋਗ ਨਾਲ ਇੱਕ ਕੈਂਸਰ ਜਾਗਰੂਕ ਕੈਂਪ ਲਗਾਇਆ ਗਿਆ, ਜਿਸ ਵਿੱਚ ਸੰਸਥਾ ਦੇ ਡਾਕਟਰਾਂ ਦੀ ਟੀਮ ਵੱਲੋਂ ਨੇੜੇ ਦੇ ਪਿੰਡਾਂ ਤੋਂ ਆਏ ਕਰੀਬ 400 ਲੋਕਾਂ ਦੀ ਜਾਂਚ ਕੀਤੀ ਗਈ। ਇਹ ਕੈਂਪ ਜੀ ਪਿੰਡ ਕਣੀਆਕੇ ਜ਼ਿਲ੍ਹਾ ਕਪੂਰਥਲਾ 'ਚ ਸੰਤ ਬਾਬਾ ਲੀਡਰ ਸਿੰਘ ਜੀ ਦੀ ਅਗਵਾਈ ਹੇਠਾਂ ਲਗਾਇਆ ਗਿਆ ਹੈ। ਇਸ ਕੈਂਪ ਦਾ ਮਕਸਦ ਹੈ ਕਿ ਅਸੀਂ ਕੈਂਸਰ ਬਾਰੇ, ਜੋ ਕਿ ਇੱਕ ਬਹੁਤ ਭਿਆਨਕ ਬਿਮਾਰੀ ਹੈ, ਉਸ ਬਾਰੇ ਲੋਕਾਂ ਨੂੰ ਜਾਗਰੂਕਤਾ ਦੇ ਸਕੀਏ ਕਿ ਇਸ ਤੋਂ ਕਿੱਦਾਂ ਬਚਾਅ ਕੀਤਾ ਜਾ ਸਕਦਾ ਹੈ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਵਾ ਜੋ ਕਿ ਆਪਾਂ ਵਰਤ ਸਕਦੇ ਹਾਂ ਕਿ ਆਪਾਂ ਕੈਂਸਰ ਨੂੰ ਰੋਕ ਸਕੀਏ। ਅੱਜ ਇਸ ਕੈਂਪ ਦੇ ਵਿੱਚ ਲਗਭਗ 400 ਬੰਦੇ ਦਾ ਚੈੱਕਅਪ ਹੋ ਚੁੱਕਾ ਹੈ ਅਤੇ ਉਹਨਾਂ ਦੇ ਵਿੱਚੋਂ ਸਾਰਿਆਂ ਦੇ ਟੈਸਟ ਕੀਤੇ ਗਏ ਹਨ ਅਤੇ ਜਿਨ੍ਹਾਂ ਨੇ ਇਹਨਾਂ ਦੀ ਰਿਪੋਰਟ ਇਹਨਾਂ ਨੇ 20 ਦਿਨਾਂ ਵਿੱਚ ਸਾਨੂੰ ਦੇਣਗੇ ਅਤੇ ਉਸ ਤੋਂ ਅਗਲਾ ਸਟੈਪ ਫਿਰ ਇਹ ਦੱਸਣਗੇ ਕਿ ਜੇ ਅਗਰ ਕਿਸੇ ਨੂੰ ਇਹ ਬਿਮਾਰੀ ਤੋਂ ਕੋਈ ਹੈ, ਕਿਸੇ ਨੂੰ ਇਹ ਬਿਮਾਰੀ ਹੈ ਤਾਂ ਫਿਰ ਸਾਨੂੰ ਦੱਸ ਸਕਦੇ ਨੇ ਅਸੀਂ ਕਿਹੜੇ ਹਸਪਤਾਲ ਦੇ ਵਿੱਚ ਜਾ ਕੇ ਇਲਾਜ ਕਰ ਸਕੀਏ, ਸੋ ਤਾਂ ਕਿ ਇਹ ਬਿਮਾਰੀ ਨੂੰ ਵੱਧ ਤੋਂ ਵੱਧ ਫੈਲਣ ਤੋਂ ਪਹਿਲਾਂ ਇਹਦੀ ਰੋਕਥਾਮ ਕੀਤੀ ਜਾ ਸਕੇ। ਮੇਰਾ ਨਾਮ ਵੀਰਪਾਲ ਕੌਰ, ਟੀਮ ਇੰਚਾਰਜ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ, ਜਿਨ੍ਹਾਂ ਦੇ ਗਲੋਬਲ ਇੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਹੈਗੇ ਆ। ਅਸੀਂ ਸਾਡਾ ਮੇਨ ਮਕਸਦ ਹੈਗਾ ਆ ਕੈਂਸਰ ਦੀ ਜਾਂਚ ਅਤੇ ਜਾਣਕਾਰੀ ਲਈ ਕੈਂਪ ਲਗਾਉਣਾ। ਅਸੀਂ ਪਿੰਡ ਪਿੰਡ ਜਾ ਕੇ ਕੈਂਸਰ ਦੀ ਜਾਂਚ ਅਤੇ ਜਾਣਕਾਰੀ ਲਈ ਕੈਂਪ ਲਗਾਉਂਦੇ ਹੈਗੇ ਹਾਂ, ਜਿਹਦੇ ਵਿੱਚ ਫਸਟ ਆਫ ਆਲ ਅਸੀਂ ਪੇਸ਼ੈਂਟਸ ਦਾ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਟੈਸਟ ਕਰਦੇ ਹਾਂ। ਸਲਿੱਪ ਬਣਨ ਤੋਂ ਬਾਅਦ ਉਹਨਾਂ ਨੂੰ ਇੱਕ ਵੀਡੀਓ ਡਾਕੂਮੈਂਟਰੀ ਦਿਖਾਉਂਦੇ ਹਾਂ ਅਤੇ ਨਾਲ ਇੱਕ ਲੀਫਲੈਟ ਵੀ ਹੈਗਾ ਆ ਜਿਹੜਾ ਕੈਂਸਰ ਦੀ ਅਵੇਅਰਨੈਸ ਦੇ ਲਈ ਉਹਨਾਂ ਨੂੰ ਦਿੱਤਾ ਜਾਂਦਾ ਆ। ਇਸ ਤੋਂ ਬਾਅਦ ਵਿੱਚ ਪੇਸ਼ੈਂਟ ਆਪਣੀ ਡਾਕਟਰ ਨੂੰ ਪ੍ਰੋਬਲਮ ਦੱਸਦਾ ਆ ਅਤੇ ਉਸ ਦੇ ਅਕੋਰਡਿੰਗ ਉਹਨਾਂ ਦੇ ਟੈਸਟ ਕੀਤੇ ਜਾਂਦੇ ਆ ਸਾਈਨ ਸਿਮਟਮ ਦੇ ਅਕੋਰਡਿੰਗ, ਜਿਹਦੇ ਵਿੱਚ ਸਾਰਿਆਂ ਤੋਂ ਪਹਿਲਾਂ ਲੇਡੀਜ਼ ਦੇ ਛਾਤੀ ਦੇ ਲਈ ਮੈਮੋਗ੍ਰਾਫੀ ਟੈਸਟ ਕਰ ਰਹੇ ਹਾਂ ਅਤੇ ਨਾਲ ਹੀ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਜਾਂਚ ਲਈ ਪੈਪਸਮੀਰ ਹੁੰਦਾ ਆ। ਜੈਂਟਸ ਦੇ ਵਿੱਚ ਗਦੂਦਾਂ ਦੇ ਕੈਂਸਰ ਲਈ PSA ਟੈਸਟ ਹੋ ਰਿਹਾ ਆ। ਇਸ ਤੋਂ ਇਲਾਵਾ ਔਰਲ ਚੈੱਕਅਪ ਹੋ ਰਿਹਾ ਆ, ਔਰਲ ਸਕਰੀਨਿੰਗ ਅਤੇ ਨਾਲ ਨਾਲ BMD ਟੈਸਟ ਕਰ ਰਹੇ ਹਾਂ, ਬੋਨ ਮਿਨਰਲ ਡੈਂਸਿਟੀ। ਇੰਦਰਜੀਤ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ TV, NRI।